साडी माता जी दा डेथ कैंसर दे नाल अज तों 50 साल पहला हो चुकी सी। उन्हां नूं ब्रेस्ट कैंसर सी, दिल्ली उन्हां दा इलाज होया। उस तों बाद साडी भैण जी परमजीत कौर सरोआ बलारा उन्हां दा दूसरा पिंड रहा सीगे, ते लास्ट ईयर जनवरी च वी उन्हां दी कैंसर नाल डेथ होई सी। उस तों बाद साडी बेटी राजविंदर कौर ओ न्यूयॉर्क आप नर्स सी, RN दा करदी सी, हॉस्पिटल च काम करदी सी। ते कोरोना टाइम दे उहदे हत्थ दे विच 15-20 मरीज उहदे हत्थ दे विच मरे, उहनां नूं काफी सेवा कीती। असीं उहनूं कहा तूं छड्ड दे, कहिंदी नहीं मैं नहीं छड्डणा, अही काम करना। तो उहनूं भी थर्ड स्टेज ते पता लगा वी उहनूं कैंसर है, ते जे पहला पता लग जांदा तां हो सकदा बचा हो जांदा। ਇਹੀ ਵਿਚਾਰ ਸੋਚ ਕੇ ਕਿ ਜੇ ਹੁਣ ਇਸ ਵੇਲੇ ਇਹ ਚੈੱਕਅਪ ਹੋ ਰਿਹਾ, ਕਿਸੇ ਨੂੰ ਫਸਟ ਸਟੇਜ ਤੇ ਜਾਂ ਸੈਕਿੰਡ ਸਟੇਜ ਤੇ ਉਹਨੂੰ ਪਤਾ ਲੱਗ ਜਾਵੇ ਤਾਂ ਉਹਦੀ ਜਾਨ ਬਚੀ ਜਾ ਸਕਦੀ ਹੈ, ਉਹਦਾ ਭਲਾ ਹੋ ਸਕਦਾ ਹੈ। ਸਾਡੇ ਦਾ ਜਦੋਂ ਹੁਣ ਆਸਾ ਹੋ ਗਿਆ ਤੇ ਇਹੀ ਵਿਚਾਰ ਹੈ ਕਿ ਕਿਸੇ ਦਾ ਭਲਾ ਹੋ ਜਾਏ ਉਹੀ ਬਹੁਤ ਚੰਗੀ ਗੱਲ ਹੋਊਗੀ। ਇਹ ਪਹਿਲੀ ਵਾਰ ਆਇਆ, ਸਾਡੀ ਬੇਟੀ ਦੀ ਡੈਥ ਅੱਜ ਤੋਂ 2 ਮਹੀਨੇ ਪਹਿਲਾਂ ਹੋਈ ਸੀ ਕੈਲੀਫੋਰਨੀਆ ਚ ਉਸੇ ਤੇ। ਤੇ ਉਹ ਹੁਣ ਅਸੀਂ ਉਹਨਾਂ ਦੇ ਹੱਥ ਪਾਉਣ ਆਉਣਾ ਸੀਗਾ, ਅਸੀਂ ਸੋਚਿਆ ਵੀ ਹੱਥ ਪਾਉਣ ਦੇ ਨਾਲ ਨਾਲ ਉਹਨਾਂ ਦੀ ਸ਼ਾਂਤੀ ਲਈ, ਆਤਮਾ ਦੀ ਸ਼ਾਂਤੀ ਲਈ ਇਹ ਵੀ ਲਵਾਇਆ ਜਾਵੇ। ਤੇ ਹੁਣ ਸਾਡਾ ਵਿਚਾਰ ਹੈ ਕਿ ਵੀ ਅਗਲੇ ਸਾਲ ਤੇ ਕਿ ਐਵਰੀ ਈਅਰ ਅਸੀਂ ਇਹ ਕੈਂਪ ਲਵਾਇਆ ਕਰਾਂਗੇ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਹੱਥ ਜੋੜ ਕੇ, ਜਿੰਨੀ ਵੀ ਸੰਗਤ ਆਈ ਆ ਮੈਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ। ਅੱਜ ਬਹੁਤ ਹੀ ਮਨੋ ਵਧੀਆ ਉਪਰਾਲਾ ਕੀਤਾ ਗਿਆ ਸਰਦਾਰ ਕਰਮਜੀਤ ਸਿੰਘ ਮਨਿਹਾਸ ਤੇ ਉਹਨਾਂ ਦੇ ਪਰਿਵਾਰ, ਜਿਨ੍ਹਾਂ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਕੈਂਸਰ ਦਾ ਕੈਂਪ ਜਿਹੜਾ ਚੈੱਕਅਪ ਕੈਂਪ ਲਾਇਆ। ਕਿਉਂਕਿ ਇਹ ਕਿਸੇ ਵੀ ਬਿਮਾਰੀ ਨੂੰ ਜੇ ਠੀਕ ਕਰਨਾ ਹੋਵੇ ਪਹਿਲਾਂ ਉਸ ਦਾ ਜਿਹੜਾ ਪਤਾ ਕਰਨਾ ਜ਼ਰੂਰੀ ਆ ਵੀ ਤੁਹਾਨੂੰ ਰੋਗ ਕੀ ਆ। ਸੋ ਜਿਹੜੇ ਇਹਨਾਂ ਨੇ ਉਪਰਾਲਾ ਕੈਂਸਰ ਦਾ ਕੀਤਾ, ਕਿਉਂਕਿ ਜਿੱਦਾਂ ਇਹਨਾਂ ਨੇ ਦੱਸਿਆ ਮੇਰੇ ਮਾਤਾ ਜੀ ਨੂੰ ਵੀ ਪਹਿਲਾਂ ਉਹ 2000 ਕੈਂਸਰ ਨਾਲ ਡੈਥ ਹੋਈ, ਪਰ ਜਦੋਂ ਅਸੀਂ ਚੈੱਕ ਕਰਵਾਇਆ ਸਾਡਾ ਸਾਰਾ ਪਰਿਵਾਰ ਕਹਿਣ ਲੱਗਾ ਵੀ ਜੇ ਆਪਾਂ ਚੈੱਕ ਨਾ ਕਰਾਉਂਦੇ ਤਾਂ ਸਾਨੂੰ ਮਤਲਬ ਠੀਕ ਰਹਿਣਾ ਸੀ। ਪਰ ਅੱਜ ਜਿਹੜੀ ਲੋਕਾਂ ਦੀ ਜਾਂ ਸੋਚ ਬਦਲੀ ਹੋਈ ਆ, ਉਹ ਇਸ ਰੋਗ ਤੋਂ ਬਚਣ ਲਈ, ਇਸ ਰੋਗ ਲੱਗਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਅੱਜ ਉਤਸ਼ਾਹ ਜਿਹੜਾ ਦਿਖਾ ਰਹੇ ਨੇ ਟੈਸਟ ਕਰਾਉਣ ਲਈ। ਸੋ ਮੈਂ ਜਿੱਥੇ ਇਹਨਾਂ ਦਾ ਧੰਨਵਾਦੀ ਹਾਂ ਔਰ ਇਹਨਾਂ ਦਾ ਇਸ ਗੱਲੋਂ ਵੀ ਧੰਨਵਾਦੀ ਹਾਂ ਕਿ ਇਹਨੇ ਹਰ ਸਾਲ ਇਹ ਕੈਂਪ ਲਾਉਣ ਦਾ ਜਿਹੜਾ ਸੰਗਤ ਨਾਲ ਵਾਅਦਾ ਕੀਤਾ। ਔਰ ਮੈਂ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਵਾਹਿਗੁਰੂ ਇਹਨਾਂ ਨੂੰ ਇਸੇ ਤਰ੍ਹਾਂ ਜਿਹੜਾ ਉਤਸ਼ਾਹ ਬਖਸ਼ੇ ਕਿ ਹਰ ਸਾਲ ਜਿਹੜੀ ਇੱਥੋਂ ਦੇ ਇਲਾਕੇ ਦੀ ਜਿਹੜੀ ਸੇਵਾ ਕਰਦੇ ਰਹਿਣ। ਅਸੀਂ ਇਹ ਕੈਂਪ ਆਪਣੀ ਬੇਟੀ ਦੀ ਯਾਦ ਵਿੱਚ ਕਰਵਾ ਰਹੇ ਹਾਂ। ਵਾਹਿਗੁਰੂ ਕਰੇ, ਮਿਹਰ ਕਰੇ, ਅਸੀਂ ਇਹ ਕੈਂਪ ਹਰ ਸਾਲ ਜਿਹੜੇ ਆਪਣਾ ਟ੍ਰੀਟਮੈਂਟ ਨਹੀਂ ਕਰਾ ਸਕਦੇ ਜਾਂ ਜਿਨ੍ਹਾਂ ਕੋਲ ਇੰਨੀ ਸਰਮਾਇਆ ਨਹੀਂ ਹੁੰਦਾ, ਅਸੀਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ, ਕਿਉਂਕਿ ਜੋ ਕੁਛ ਸਾਡੇ ਨਾਲ ਬੀਤਿਆ ਉਹ ਕਿਸੇ ਹੋਰ ਨਾਲ ਨਾ ਬੀਤੇ। ਅਸੀਂ ਇਹ ਸੋਚ ਕੇ ਇਹ ਪਹਿਲਕਦਮੀ ਕੀਤੀ ਹੈ ਕਿ ਜਿਹੜਾ ਸਾਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਬੀਤੇ, ਕਿਸੇ ਬੱਚੇ ਦੀ ਮਾਂ ਨਾ ਜਾਵੇ,